हाँ जी भाई, सत श्रीकाल, आदाब, सलाम, नमस्ते, जय गुरुदेव, धन गुरुदेव ते सारे का आई पी चैनल मोस्ट वेलकम, स्वागत है जी। तो भाई जी, तुहानू जो अज वीडियो तस्वीरें दिखाउण जा रहा मैं, तो जिला नवांशहर पिंड भरोली, तो बहुत ही साल जिहड़ा सालाना प्रोग्राम हुंदा वा, बहुत ही इकट्ठ हुंदा वा। जिन्हें भी कटारिया गोद के जो भी मैंबर ने, परिवार ने, सारे उत्थे नमस्तक करते हैं। तो जो कि कटारिया गोद के जठेरे ने, साल बाद उत्थे प्रोग्राम हुंदा, तो बहुत ही इकट्ठ हुंदा वा। तो बाकी साढ़े NRI वीरां दा बहुत ज़्यादा संयोग हुंदा वा। तो बाकी तुहानू सारियां असी मेले दीआं पूरीआं झलकियां दिखावांगे। तो साढ़े रिपोर्टर मनजीत सिंह कटारिया, तो नाल साढ़े कैमरामैन रजिंदर कटारिया, तो बाकी हाँ जी भाई जी, बाकी तुहानू मेले दीआं झलकियां तस्वीरां दिखा रहे हैं। तो बाकी मैं प्रबंधक कमेटी का धन्यवाद करना चाहुंदा वा, ते साडे जिन्नी भी साडी पिंड भरोली दी प्रबंधक कमेटी आ, ते बाकी साडे बहुत ही सत्कारयोग तरसेम कटारिया जी, ते विंदर भाई UK तों, ते रेशम भरोली जी जर्मनी तों, ते मैं उन्हां दा धन्यवाद करदा जिन्हां सानूं ये मौका दित्ता सानूं वीडियो कवरेज करन दा। ते बाकी तुसीं साडा चैनल सबसक्राइब कर लो। ते बाकी देख रहे तुहानूं वीडियो तस्वीरां दिखा रहे जी पिंड भरोली दीआं, ते कटारिया गो जठेरिआं दा जो साल बाद मेला आउंदा, तुहानूं उहदी तस्वीरां झलकियां दिखा रहे जी। ਸਤਿ ਸ਼੍ਰੀ ਅਕਾਲ ਜੀ, ਕੈਮ ਚੈਨਲ IPN ਤੋਂ ਮੈਂ ਮਨਜੀਤ ਸਿੰਘ ਕਟਾਰੀਆ, ਕੈਮਰਾਮੈਨ ਰਜਿੰਦਰ ਸਿੰਘ ਦੇ ਨਾਲ। ਅਤੇ ਅੱਜ ਅਸੀਂ ਪਹੁੰਚੇ ਹਾਂ ਪਿੰਡ ਭਰੋਲੀ। ਪਿੰਡ ਭਰੋਲੀ ਇੱਕ ਬਹੁਤ ਇਤਿਹਾਸਿਕ ਜਿਹੜਾ ਹੈ ਸਥਾਨ ਹੈ। ਇੱਥੇ ਬਹੁਤ ਸਾਰੇ ਮੇਲੇ ਜਿਹੜੇ ਆ ਸਮੇਂ ਸਮੇਂ ਤੋਂ ਚੱਲਦੇ ਆ ਰਹੇ ਆ। ਇਹ ਗੁੱਗਾ ਜਾਹਰ ਪੀਰ ਦੀ ਜਿਹੜੀ ਜਗ੍ਹਾ ਹੈ ਉਸ ਦੇ ਉੱਤੇ ਇਹ ਦਰਬਾਰ ਗੁੱਗਾ ਜਾਹਰ ਪੀਰ ਦਾ ਮੇਲਾ ਜਿਹੜਾ ਹਰ ਸਾਲ ਬੜੇ ਧੂਮਧਾਮ ਨਾਲ ਮਨਾਇਆ ਜਾਂਦਾ ਹੈ। ਔਰ ਇਸ ਦੇ ਨਾਲ ਹੀ ਕਟਾਰੀਆ ਗੋਤ ਦੇ ਜਿਹੜੇ ਜਠੇਰੇ ਆ ਇਸ ਪਿੰਡ ਦੇ ਵਿੱਚ ਮੌਜੂਦ ਨੇ, ਔਰ ਉੱਥੇ ਵੀ ਨਾਲ ਦੀ ਨਾਲ ਜਿਹੜੀਆਂ ਸੰਗਤਾਂ ਬੜੀਆਂ ਦੂਰੋਂ ਦੂਰੋਂ ਚੱਲ ਕੇ ਆਉਂਦੀਆਂ ਹਨ। ਅਤੇ ਦੂਰੋਂ ਦੂਰੋਂ ਲੁਧਿਆਣੇ ਤੋਂ, ਗਰਾਇਆ, ਫਗਵਾੜਾ, ਬਹੁਤ ਪੰਜਾਬ ਦੇ ਇਕੱਲੇ ਇਕੱਲੇ ਕੋਨੇ ਕੋਨੇ ਤੋਂ ਜਿੱਥੇ ਵੀ ਕਟਾਰੀਆ ਪਰਿਵਾਰ ਵੱਸਦੇ ਆ ਉੱਥੇ ਸਾਰੇ ਇੱਥੇ ਜਗ੍ਹਾ ਦੇ ਉੱਤੇ ਉਸ ਦਿਨ ਇੱਥੇ ਇਕੱਠੇ ਹੁੰਦੇ ਆ। ਔਰ ਇਸ ਜਗ੍ਹਾ ਦੀ ਕੀ ਮਹਾਨਤਾ ਵਾ ਉਹਦੇ ਬਾਰੇ ਵੀ ਤੁਹਾਨੂੰ ਦੱਸਾਂਗੇ। ਔਰ ਇੱਥੇ ਕਮੇਟੀ ਮੈਂਬਰ ਸਾਡੇ ਨਾਲ ਮੌਜੂਦ ਆ, ਔਰ ਅਸੀਂ ਕਮੇਟੀ ਮੈਂਬਰਾਂ ਨਾਲ ਵੀ ਗੱਲਬਾਤ ਕਰਾਂਗੇ। ਆ ਜਾਓ, ਤੁਹਾਡੀ ਗੱਲਬਾਤ ਕਰਾਉਂਦੇ ਹਾਂ। ਚਲੋ ਕਰੋ, ਸ਼ੁਰੂ ਕਰ ਦਿਓ। ਅਤੇ ਇਸ ਜਗ੍ਹਾ ਦੀ ਕੀ ਮਹਾਨਤਾ ਵਾ ਉਹਦੇ ਬਾਰੇ ਜਾਣਕਾਰੀ ਦੇਣ ਲਈ ਸਾਡੇ ਨਾਲ ਪ੍ਰਧਾਨ ਜੀ ਮੌਜੂਦ ਨੇ। ਔਰ ਪ੍ਰਧਾਨ ਜੀ, ਬਹੁਤ ਬਹੁਤ ਸਵਾਗਤ ਆ ਤੁਹਾਡਾ ਸਾਡੇ ਚੈਨਲ ਦਾ। ਥੈਂਕ ਯੂ। ਅਤੇ ਤੁਹਾਨੂੰ ਸਭ ਤੋਂ ਪਹਿਲਾਂ ਬਹੁਤ ਬਹੁਤ ਵਧਾਈਆਂ ਅਸੀਂ ਦਿੰਦੇ ਹਾਂ ਜਿਹੜਾ ਇਹ ਤੁਸੀਂ ਉਪਰਾਲਾ ਜਿਹੜਾ ਕੀਤਾ ਹੈ ਸਾਰੇ ਇਕੱਠੇ ਜਿਹੜੇ ਇਸ ਜਗ੍ਹਾ ਦੇ ਉੱਤੇ। ਕੋਈ ਜਾਤ ਪਾਤ, ਕੋਈ ਗੋਤ ਬਰਾਦਰੀ, ਇਸ ਤਰ੍ਹਾਂ ਦਾ ਕੋਈ ਰੋਲਾ ਨਹੀਂ ਹੈਗਾ, ਜਿਹੜਾ ਮਰਜ਼ੀ ਇੱਥੇ ਆ ਸਕਦਾ ਵਾ। ਉਹ ਜਗ੍ਹਾ ਦੀਆਂ ਵਿਸ਼ੇਸ਼ਤਾਵਾਂ ਦਾ ਥੋੜ੍ਹਾ ਜਿਹਾ ਵਰਣਨ ਦਰਸ਼ਕਾਂ ਨੂੰ ਦੱਸੋ। ਸਾਡੇ ਪਿੰਡ ਭਰੋਲੀ ਵਿਖੇ ਧੰਨ ਧੰਨ ਗੁੱਗਾ ਜਾਹਰ ਪੀਰ ਜੀ ਦਾ ਸਾਲਾਨਾ ਮੇਲਾ ਰੱਖੜੀ ਤੋਂ 8 ਦਿਨ ਬਾਅਦ ਮਨਾਇਆ ਜਾ ਰਿਹਾ ਹੈ ਬੜੀ ਧੂਮਧਾਮ ਦੇ ਨਾਲ। ਤਕਰੀਬਨ ਹਰ ਧਰਮ ਦੇ ਸੰਗਤ ਇਹਦੇ ਮੱਥਾ ਟੇਕਣ ਆ ਰਹੀ ਹੈ, ਅਤੇ ਹਰ ਤਰ੍ਹਾਂ ਦੀ ਸੇਵਾ ਚੱਲ ਰਹੀ ਆ, ਛਬੀਲ ਦੀ ਸੇਵਾ, ਲੰਗਰ ਦੀ ਸੇਵਾ, ਚਾਹ ਪਕੌੜੇ ਦਾ ਲੰਗਰ, ਜੋ ਵੀ ਮਤਲਬ ਕਿਸੇ ਤਰ੍ਹਾਂ ਦੀ ਕੋਈ ਸਹੂਲਤ ਹੋਵੇ ਸੰਗਤ ਨੂੰ ਉਹ ਕਮੇਟੀ ਨੂੰ ਆ ਕੇ ਦੱਸ ਸਕਦਾ। ਅਸੀਂ ਹਰ ਤਰ੍ਹਾਂ ਉਹਨਾਂ ਦੀ ਸੇਵਾ ਕਰਨ ਲਈ ਤਿਆਰ ਹਾਂ। ਅਤੇ ਬਾਕੀ ਸਾਡੇ ਗੱਦੀ ਨਿਸ਼ੀਨ ਜਿਹੜੇ ਆ ਚੇਲਾ ਅਮਰੀਕ ਜੀ, ਜਿਨ੍ਹਾਂ ਦੀ ਰਹਿਨੁਮਾਈ ਹੇਠ ਸਾਰਾ ਮੇਲੇ ਦਾ ਪ੍ਰੋਗਰਾਮ ਚੱਲ ਰਿਹਾ। ਇਹਨਾਂ ਨੇ 8 ਦਿਨ ਵਰਤ ਰੱਖਿਆ ਹੁੰਦਾ ਰੱਖੜੀਆਂ ਨੂੰ। ਅੱਜ ਇਹਨਾਂ ਦਾ ਦੁਏ ਦੀ ਛਤਰ ਛਾਇਆ ਹੇਠ ਮੇਲਾ ਧੂਮਧਾਮ ਨਾਲ ਮਨਾਇਆ ਜਾ ਰਿਹਾ। ਅਤੇ ਇਹ ਜਿਹੜਾ ਮੇਲਾ ਵਾ ਇਹ ਕਿੰਨੇ ਚਿਰ ਤੋਂ ਚੱਲਦਾ ਆ ਰਿਹਾ ਮੇਲਾ ਜੀ? ਇਹ ਜਦੋਂ ਦਾ ਇੱਥੇ ਦਰਬਾਰ ਸ਼ੁਰੂਆਤ ਹੋਈ ਉਹ ਬਜ਼ੁਰਗ ਦੱਸਦੇ ਆ ਵੀ ਉਦੋਂ ਤੋਂ ਮੇਲਾ ਇਹ ਚੱਲਦਾ ਰਿਹਾ। ਵੀ ਸਾਡੀ ਵੀ ਉਮਰ ਮੇਰੇ ਖਿਆਲ ਹੋ ਗਈ 55 ਸਾਲ ਦੀ, ਪਰ ਅਸੀਂ ਤਾਂ ਮੇਲਾ ਐਸੀ ਤਰ੍ਹਾਂ ਦੇਖਦੇ ਹਾਂ ਜਿੱਦਾਂ ਚੱਲ ਰਿਹਾ। ਪਿਛਲੇ ਦਿਨ ਜਿੱਦਾਂ ਕਰੋਨਾ ਦਾ ਦੌਰ ਸੀਗਾ ਉਸ ਵੇਲੇ ਜਿਹੜੇ ਮੇਲੇ ਆ ਸਰਕਾਰ ਵੱਲੋਂ ਬੰਦ ਕਰ ਦਿੱਤੇ ਗਏ ਸੀਗੇ, ਅਤੇ ਉਦੋਂ ਕਿਸ ਤਰ੍ਹਾਂ ਦੀਆਂ ਦਿੱਕਤਾਂ ਆਈਆਂ ਸੀਗੀਆਂ ਜਾਂ ਕਿਸ ਤਰ੍ਹਾਂ ਦੀਆਂ ਮੁਸ਼ਕਲਾਂ ਦਾ ਤੁਹਾਨੂੰ ਸਾਹਮਣਾ ਕਰਨਾ ਪਿਆ ਸੀਗਾ? ਕਰੋਨਾ ਕਾਲ ਦੇ ਵਿੱਚ ਪਿਛਲੇ ਸਾਲ ਅਸੀਂ ਮੇਲਾ ਤਾਂ ਜ਼ਰੂਰ ਰਸਮਾਂ ਅਸੀਂ ਕੀਤੀਆਂ ਬਾਬੇ ਦੀਆਂ, ਪਰ ਅਸੀਂ ਉਸ ਹਿਸਾਬ ਨਾਲ ਧੂਮਧਾਮ ਨਾਲ ਮੇਲਾ ਨਹੀਂ ਮਨਾ ਜਾ ਸਕਿਆ। ਅਤੇ ਬਾਕੀ ਕਰੋਨਾ ਕਾਲ ਦੇ ਵਿੱਚ ਅਸੀਂ ਬਾਬੇ ਦੀਆਂ ਰਸਮਾਂ ਜ਼ਰੂਰ ਦੂਸਰੀਆਂ ਕੀਤੀਆਂ। ਅਤੇ ਜਿਸ ਤਰ੍ਹਾਂ ਪਿਛਲੇ ਦਿਨ ਜਿੱਦਾਂ ਕਰੋਨਾ ਦੇ ਵਿੱਚ ਹੀ ਆਪਾਂ ਗੱਲ ਕਰਦੇ ਹਾਂ, ਕਰੋਨਾ ਦੇ ਵਿੱਚ ਜਿੱਦਾਂ ਲੋਕ ਕੰਮਾਂ ਕਾਰਾਂ ਤੋਂ ਵਿਹਲੇ ਹੋ ਗਏ ਸੀਗੇ, ਬਹੁਤ ਔਖਿਆਈ ਆਈ ਸੀਗੀ, ਅਤੇ ਹਰ ਜਿਹੜਾ ਧਰਮ ਆ ਹਰ ਵਰਗ ਦਾ ਲੋਕ ਜਿਹੜੇ ਖੜ੍ਹੇ ਹੋਏ ਸੀਗੇ, ਅਤੇ ਇਸ ਸੰਸਥਾਨ ਵੱਲੋਂ ਵੀ ਲੋਕਾਂ ਦੀ ਜਿਹੜੀ ਮਦਦ ਜਿਹੜੀ ਰਾਸ਼ਨ ਵਗੈਰਾ ਦੇ ਕੇ ਕੀਤੀ ਗਈ ਸੀ ਜਾਂ ਨਹੀਂ ਜਾਂ ਆਪਣੀ ਜਿਹੜੀ ਇਹ ਸੰਸਥਾ ਵਾ ਇਸ ਤਰ੍ਹਾਂ ਦੇ ਕੋਈ ਉਪਰਾਲੇ ਜਿਹੜੇ ਹੋਰ ਕਰਦੀ ਹੋਵੇ ਪਿੰਡ ਦੇ ਵਿੱਚ? ਸਾਡੇ ਕੋਲ ਪੈਸੇ ਸਾਡੇ ਪਿੰਡ ਦੇ ਵਿੱਚ ਹੋਰ ਸੇਵਾ ਸੰਸਥਾ ਬਹੁਤ ਕਰ ਰਹੀ ਆ,
गुरु रामदास सेवा सोसायटी है और सोशल वर्कर है गया, वो अपने वालों बड़ी सेवा करते संगत की, पर साड़ी कमेटी वालों इस तरह का उपराला नहीं होया क्यों साढ़े को इन्नी पूंजी ना होने करके ते बाबे दे दरबार से सानू प्लाट लेना पिया, उत्ते खर्च बड़ा आया, असी बड़ी संगत दे परवकार दे नाल होया साडा सारा उपराला। हाँ ते ए जी प्रधान जी जिहड़े सोसायटी दे सीगे, ते इह जिहड़ा मेला वा बड़ी धूमधाम दे नाल इस जगह दे उत्ते मनाया जांदा वा, ते इह गुग्गा बाबा जारवीर जी का दरबार आ और दरबार दे उत्ते संगतां दूरों दूरों चल के अपनी मुराद मंगण अपनियां झोलियां भरन लई आउंदे आ, ते इत्थे इहनां दा मनणा वा कि इत्थे हर जिहड़ी मनोकामना वा उह पूर्ण हुंदी आ और लंगर दा विशेष प्रबंध जगह दे वल्लों कीता जांदा है। बाबा जी लंगर बारे दसो तुसीं, इह जिहड़ा लंगर आ इत्थे खीर दा लंगर चलदा वा इहदे बारे दसो। असीं सुणिया वा कि सारे पिंड दे विच्चों दुध जिहड़ा वा उह इत्थे चढ़ाउणा ही पैंदा वा लोकां नूं, जां इस तरां दी वी कोई गल्ल आ? ठीक है जी, ठीक है जी। इन्हां दा कहना है कि इत्थे उन्हां नूं घरे दुध चो नहीं सकते आपां, ते इन्नी विशेषता वा इस जगह की, इन्ना पिंड दे उत्ते हत्थ वा इन्हां दा जिहड़ी जिन्हां दी जगह वा इह, ते बहुत बहुत इस पिंड नूं साडी टीम वल्लों मुबारकां दिंदे आ असीं कि उह हर साल इस तरह का उपराला जिहड़ा उह करदे आ। हाँ जी, हर एक की मुराद इतने पूरी होंदी है। तो चैनल नू सपोर्ट करो, लाइक करो, शेयर करो, कमेंट करो, तो देखते रहो साडा चैनल चैनल IPN। तो बाकी गल्लां असीं होर भी करांगे, तो तुहानू झलकियां जिहड़ियां मैं दिखांदे रहांगे नाल दे नाल। वाहिगुरु जी खालसा, वाहिफतेह जी। ਕੋਣੀ ਨੂੰ ਹਿਲਾਉਣਾ ਜਿੱਥੇ ਕੈਮਰਾ ਹੁੰਦਾ, ਠਾਹ ਹਿੱਲ ਜਾਂਦਾ।
ਜੀ।